ਅਸਲਾਮ ਅਲੈਕੁਮ ਬਾਈ ਜਾਨ, ਕੀ ਹਾਲ ਹੈ? ਠੀਕ ਹੋ? ਲਓ ਬਾਈ, ਮੈਂ ਫੈਸਲਾਬਾਦ ਤੋਂ ਗੱਲ ਕਰ ਰਿਹਾ। ਇੱਕ 72 ਨੰਬਰ ਜੋੜੇ ਦਾ ਪੱਠੀ ਪੱਠਾ ਦਿਖਾਉਣ ਲੱਗਿਆ ਮੈਂ ਬਾਈ। ਠੀਕ ਹੈ ਮੇਰਾ ਬਾਈ ਜਾਨ, ਨੂਰ ਦੇਖੋ, ਨੂਰ ਦੇ ਨਾਲ ਇਹਦੀ ਜ਼ਮੀਨ ਦੇਖੋ। ਠੀਕ ਹੈ ਮੇਰਾ ਬਾਈ, ਇਹਦੇ ਜ਼ਰਾ ਦੇਖੋ, ਪਿਓਲਟੀ 'ਚ ਚੌਧਰੀ ਸਾਹਿਬ ਵਾਲੇ ਬਾਈ ਸ਼ੌਂਕ ਕਰਵਾਉਂਦੇ, ਮੈਂ ਥੋੜ੍ਹੀ ਜਿਹੀ ਅਸੀਂ ਵੀ ਸ਼ੌਂਕ ਕਰਵਾਈਏ। ਮੇਰਾ ਬਾਈ ਸ਼ੌਂਕ ਕਰੋ, ਕੋਸ਼ਿਸ਼ ਕਰਿਆ ਕਰੋ ਮੇਰਾ ਬਾਈ, 2 ਨੰਬਰ ਬੰਦਿਆਂ ਕੋਲ ਬਚਣ ਦੀ। ਸਿਆਣਿਆਂ ਦੀ ਮਿਸਾਲ ਆ, ਜਿੰਨਾ ਚਿਰ ਲਾਲਚ ਜਿੰਦਾ ਉਹਨਾਂ ਦੇ ਚੋਰ ਭੁੱਖਾ ਨਹੀਂ ਮਰਦਾ। ਇਹਨਾਂ ਦੇ ਮੇਰਾ ਬਾਈ ਆਖਰਲੇ 3 ਪਰਾਂ ਦੇ ਗੌਰ ਕਰੋ, ਚਪਟੀ ਤੀਲੀ ਕੈਸੀ। ਮੇਰਾ ਬਾਈ ਇੱਥੇ ਰੱਖ ਕੇ ਸ਼ੌਂਕ ਨਹੀਂ ਕਰਾਵਾਂ, ਅੱਲਾ ਦੀ ਰਹਿਮਤ ਨਾਲ ਬਾਹਰ ਕੱਢ ਕੇ ਦੇਖਣੀਆਂ ਪੈਣਗੀਆਂ 10ਵੀਂ। ਠੀਕ ਆ, ਬਗਲ ਦਾ ਮੇਰਾ ਬਾਈ ਸ਼ੌਂਕ ਕਰੋ। ਠੀਕ ਆ ਮੇਰਾ ਬਾਈ, ਔਰ ਇਸ ਪਰ ਤਾਂ ਗੌਰ ਕਰ ਲਓ। ਲਓ ਮੇਰਾ ਬਾਈ, ਦੁੰਮ 'ਤੇ ਗੌਰ ਕਰੋ। ਇਹ ਮੇਰਾ ਬਾਈ ਦੁੰਮਾਂ ਜਿਹੜਾ ਕਿ ਬਿਨਾਂ ਨਹੀਂ ਹੁੰਦੀਆਂ। ਇਨਸ਼ਾਅੱਲਾ ਮੇਰੇ ਕੋਲ ਫੈਸਲਾਬਾਦ ਆਵੇ, ਮੈਂ ਖਾਣਾ ਵੀ ਖਿਲਾਊਂਗਾ, ਸਭ ਕੁਛ ਕਰੂੰ। ਸੀਨੇ ਚੌੜੇ 'ਤੇ ਚੌੜੇ ਹੋਣ ਵੇ, ਦੁੰਬਾਂ ਬਿਲਕੁਲ ਬੰਦ ਹੋਣਗੀਆਂ। ਆ ਮੇਰਾ ਬਾਈ ਦੇਖ ਲਓ, ਦੁੰਮ ਪੂਰੀ, ਇੱਕ ਪਰ ਵੀ ਨਹੀਂ ਘੱਟ। ਜਿਹਦੇ ਨੂੰ ਹਲਕਾ ਜਿਹਾ ਵੀ ਕਰਾਂ, ਇਹਨਾਂ ਦੇ ਟਾਈ ਬਣ ਜਾਏਗੀ ਇਨਸ਼ਾਅੱਲਾ। ਜਿੰਨੀ ਆਹ ਲੈਂਥ ਲੰਮੀ ਹੋਏਗੀ, ਸਮਝੋ ਤੁਹਾਡਾ ਕਬੂਤਰ ਮਿਆਰੀ ਆ। ਇਨਸ਼ਾਅੱਲਾ ਜਮਾ ਕੇ ਦੇਖ ਲਓ, ਜਿੰਨੀ ਲੰਥਾ ਲੰਮੀ ਹੋਏਗੀ ਪਰੀਆਂ ਦੀ, ਇਨਸ਼ਾਅੱਲਾ ਉਹਨੂੰ ਜੋੜੇ ਲਾ ਕੇ ਦੇਖ ਲਓ, ਉਹਦੀ ਕੋਈ ਚੀਜ਼ ਨਾ ਦੇਖੋ ਇਨਸ਼ਾਅੱਲਾ। ਲਓ ਮੇਰਾ ਬਾਈ, ਪੰਜਿਆਂ ਦਾ ਸ਼ੌਂਕ ਕਰੋ, ਖੁਸ਼ਕ ਔਰ ਬਰੀਕ ਉਂਗਲਾਂ, ਔਰ ਜਿੰਨੀ ਉਂਗਲਾਂ ਦੀ ਲੰਥ ਜ਼ਿਆਦਾ ਹੋਵੇ। ਲਓ ਜੀ, ਜ਼ੋਰ ਲਾ ਰਿਹਾ ਅੰਤਾਸ਼ਾ, ਦੇਖੋ ਕਬੂਤਰ ਕਿੱਥੋਂ ਮੈਂ ਕਾਬੂ ਕੀਤਾ ਆ। ਇਨਸ਼ਾਅੱਲਾ ਪਰੀਆਂ ਦਾ ਸ਼ੌਂਕ ਕਰ ਲਓ, ਦੁੰਮ ਦਾ ਔਰ ਪਰੀ ਦਾ ਇੱਕ ਉਂਗਲ ਜਾਂ ਇੱਕ ਉਂਗਲ ਤੋਂ ਥੋੜ੍ਹਾ ਜਿਹਾ ਜ਼ਿਆਦਾ ਫਾਸਲਾ ਹੋਵੇਗਾ। ਪਰੀ ਦੇਖੋ ਕਿੱਡੀ ਖੂਬਸੂਰਤ ਆ। ਠੀਕ ਹੈ ਮੇਰਾ ਬਾਈ ਜਾਨ। ਲਓ ਮੇਰਾ ਬਾਈ, ਇਹਨਾਂ ਦੇ ਸੀਨੇ ਦੇਖੋ, ਮਾਸ਼ਾਅੱਲਾ ਪੱਠਾ ਆ, ਹਮਦੁਲਿਲਾ 10ਵਾਂ ਸਾਫ ਕੀਤਾ ਆ ਇਹਨੇ। ਠੀਕ ਹੈ ਮੇਰਾ ਬਾਈ ਜਾਨ, ਇਹਨਾਂ ਦੇ ਕਲਰ ਦੇਖੋ, ਔਰ ਇਨਸ਼ਾਅੱਲਾ ਇਹਦੇ ਵੀ ਬਣ ਜਾਏਗੀ ਇਸ ਜਗ੍ਹਾ 'ਤੇ। ਲਓ ਮੇਰਾ ਬਾਈ, ਪੱਠੀ ਦਾ ਸ਼ੌਂਕ ਕਰੋ, ਹਮਦੁਲਿਲਾ ਜੋੜਾ ਲਾਉਣ ਲੱਗਾ। ਇਹ ਮੇਰਾ ਬਾਈ 10ਵਾਂ ਪਰ ਸੁੱਟ ਦਿੱਤਾ ਦੋਵਾਂ ਸਾਈਡਾਂ ਤੋਂ, 9 ਪਰ ਦੀ ਪੱਠੀ ਆ। ਠੀਕ ਹੈ ਮੇਰਾ ਬਾਈ, ਨੂਰ ਦੇਖੋ, ਨੂਰ ਦੇ ਨਾਲ ਰਿੰਗ, ਔਰ ਇਹਨਾਂ ਦੇ ਜ਼ਰਾ ਦੇਖੋ, ਔਰ ਜਿੱਦਾਂ ਜਿੱਦਾਂ ਇਹਨਾਂ ਦੀ ਏਜ ਵੱਧਦੀ ਜਾਏਗੀ, ਬਿਲਕੁਲ ਅੱਖਾਂ ਸਾਫ਼ ਹੁੰਦੀਆਂ ਜਾਣਗੀਆਂ। ਸਭ ਤੋਂ ਵੱਡੀ ਇਹਨਾਂ ਦੀ ਇੱਕ ਲੰਬਰ ਤੁਹਾਨੂੰ ਖਾਸੀਅਤ ਦੱਸ ਦੇਵਾਂ। ਦੂਸਰੇ ਲੰਬਰ 'ਤੇ ਮੇਰਾ ਬਾਈ ਜਾਨ, ਇਨਸ਼ਾਅੱਲਾ ਇਹ ਥੋੜ੍ਹੀ ਜਿਹੀ ਪੱਠੀ ਟੈਗ 'ਚੋਂ ਨੰਗੀ ਹੈ, 4ਵੇਂ-5ਵੇਂ ਪਰ ਦੀ ਸੀ, ਜਦੋਂ ਟੈਗ 'ਚ ਨੰਗੀ ਹੈ ਫਿਰ ਵੀ ਇਨਸ਼ਾਅੱਲਾ ਇਹਦੇ ਪਰ ਕੁੰਦੇ ਦਾ ਸ਼ੌਂਕ ਕਰਿਓ। ਅਸੀਂ ਕੁੰਦੇ ਦਾ ਸ਼ੌਂਕ ਕਰੋ ਮੇਰਾ ਬਾਈ ਜਾਨ। ਠੀਕ ਹੈ ਜੀ, ਵਾਇਬਰੇਸ਼ਨ ਦੇਖੋ। ਠੀਕ ਹੈ, ਦੇਖੋ 10ਵੀਂ ਸੁੱਟ ਦਿੱਤੀ, ਆ ਵੇਖੋ ਪਰ ਕਿੱਦਾਂ ਦਾ ਆਇਆ, ਸਮਝ ਰਹੇ ਹੋ? ਔਰ ਇਹਦੇ ਖਾਸੀਅਤ ਗੌਰ ਕਰਨੀ ਆ ਮੇਰਾ ਬਾਈ, ਆ ਪਰਾਂ 'ਤੇ ਲੱਖ ਹੈ ਪਰ। ਠੀਕ ਹੈ ਮੇਰਾ ਬਾਈ ਜਾਨ, ਇਹਨਾਂ 'ਚ ਸਲੇਟੀ ਲੱਖ ਆ, ਹਰ ਕਬੂਤਰ 'ਚ ਲਾਜ਼ਮ ਆਏਗਾ। ਠੀਕ ਆ ਸਰ। ਲਓ ਮੇਰਾ ਬਾਈ, ਦੁੰਮ ਦਾ ਸ਼ੌਂਕ ਕਰੋ। ਠੀਕ ਆ, ਜਿੱਦਾਂ ਕੋਈ ਕਹੇ ਬਾਈ, ਇਨਸ਼ਾਅੱਲਾ। ਲਓ ਜੀ, ਪੰਜਿਆਂ ਦਾ ਸ਼ੌਂਕ ਕਰੋ ਮੇਰਾ ਬਾਈ ਜਾਨ, ਖੈਸੇ ਖੁਸ਼ਕ, ਔਰ ਇਹਦੇ ਬਹੁਤ ਸੁਰਖ ਪੰਜੇ, ਬਹੁਤ ਜ਼ਿਆਦਾ। ਲਓ ਮੇਰਾ ਬਾਈ ਦੀ ਪਰੀਆਂ ਦਾ ਸ਼ੌਂਕ ਕਰ ਲਓ। ਲਓ ਜੀ, ਬਾਕੀ ਮੈਂ ਇਹਨਾਂ ਨੂੰ ਛੱਡ ਕੇ ਸ਼ੌਂਕ ਕਰਵਾਉਂਦਾ।
ਮੇਰਾ ਭਾਈ ਸ਼ੌਂਕ ਕਰੋ। ਚੌਧਰੀ ਸਾਹਿਬ ਵਾਲੇ ਇੱਕ ਮੇਲ ਦਾ ਸ਼ੌਂਕ ਕਰਾ ਰਿਹਾ ਔਰ ਪੱਠੀ ਪੱਠੇ ਦਾ ਹਮਦੁਲਿਲਾ 72 ਨੰਬਰ। ਠੀਕ ਹੈ ਮੇਰਾ ਭਾਈ ਜਾਨ, ਆਹ ਫੀਮੇਲ ਆ। ਠੀਕ ਹੈ ਮੇਰਾ ਭਾਈ ਜਾਨ, ਇਹ ਕਾਬਕ ਚੋਂ ਕੱਢ ਕੇ ਸ਼ੌਂਕ ਕਰਾ ਰਿਹਾ ਭਾਈ ਨੂੰ, ਜੋੜੇ ਲਈ ਛੱਡੇ ਹੋਏ ਸੀ। ਲਓ ਜੀ, ਡਰਦੀ ਫੀਮੇਲ ਨਾ ਖਲੋ ਨਹੀਂ ਰਹੀ ਹੈਗੀ। ਚੱਲ ਯਾਰ, ਠੀਕ ਹੈ ਮੇਰਾ ਭਾਈ ਜਾਨ, ਸ਼ੌਂਕ ਕਰੋ ਅੱਲਾ ਦੀ ਰਹਿਮਤ ਦੇ ਨਾਲ। ਮੈਂ ਧਾਗਾ ਵੀ ਕਾਬਕਾਂ ਜੀ ਸਾਫ਼ ਕਰਾਇਆ ਅਲਹਮਦੁਲਿਲਾ। ਹਰ ਇਨਸ਼ਾਲਾ ਇਹ ਸ਼ੌਂਕ ਕਰਵਾਵਾਂ ਜੀ ਭਾਈਆਂ ਨੂੰ। ਦੇਖੋ ਅਲਹਮਦੁਲਿਲਾ, ਲਓ ਮੇਰਾ ਭਾਈ ਜਾਨ, ਲੋ ਚ ਟੇਕ ਨਹੀਂ ਰਹੇ ਹੈਗੇ। ਲੋ ਮੇਰਾ ਭਾਈ ਜਾਨ, ਇਨਸ਼ਾਲਾ ਅਗਲੇ ਮੂਵੀ 'ਤੇ ਦੁਬਾਰਾ ਹੋਏਗਾ ਪ੍ਰਾਪਤ ਇਨਸ਼ਾਲਾ।